ਲੱਗੀਆਂ ਹੋਈਆਂ ਨੇ। ਆਪਾਂ 2 ਕਿਲੋਮੀਟਰ ਅੱਗੇ ਲੰਘੇ, 2-2.5 ਕਿਲੋਮੀਟਰ ਅੱਗੇ ਲੰਘਿਆ, ਸ਼ੁਰੂ ਕਰੀ ਆ। ਕਿਰਪਾ ਮਾਲਕ ਦੀ ਐਡੀ ਵੱਡੀ ਆ ਸੱਚੇ ਪਾਤਸ਼ਾਹ ਦੀ ਕਿ ਹੁਣ ਤਾਂ ਮੈਨੂੰ ਲੱਗਦਾ ਵੀ ਪੂਰਾ ਪੰਜਾਬ ਹੀ ਚੱਲ ਪਿਆ, ਪੂਰਾ ਪੰਜਾਬ ਹੀ ਚੱਲ ਪਿਆ ਐਡੀ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ। ਤੇ ਆਹ ਦੇਖੋ ਸਾਡੇ ਬਾਪੂ ਕਿੰਨੇ ਵਧੀਆ ਖੇਡੀਆਂ ਨੇ ਤਾਂ ਬੈਠੇ, ਤੇ ਦੇਖੋ ਕਿੰਨੀ ਖੂਬਸੂਰਤੀ ਆ ਇਹ ਅੰਦੋਲਨ ਦੇ ਵਿੱਚ, ਜਿੰਨੇ ਸਾਧ ਕਿੰਨੀ ਸਾਦਗੀ ਭਰੇ ਬੰਦੇ ਇੱਥੇ ਬੈਠੇ ਨੇ, ਸਾਦਗੀ ਵਾਲੇ ਸਾਰੇ। ਤੇ ਆ ਜਾਓ ਵੀਰੋ ਪਿਛਲੀ ਵਾਰ ਵਾਂਗੂ ਕੁਛ ਨਾ ਕੁਛ ਲਾਇਕ ਹੀ ਮੁੜਾਂਗੇ। ਤੇ ਇਹ ਆਪਣੀ ਆਪਾਂ ਨੂੰ ਤੁਹਾਨੂੰ ਪਤਾ ਕਿ ਆਪਣੀ ਵਿਰਾਸਤ ਦੇ ਵਿੱਚ ਲੜਾਈਆਂ ਹੀ ਲਿਖੀਆਂ ਨੇ, ਆਪਾਂ ਲੜਨਾ ਹੀ ਆਪਣੀ ਵਿਰਾਸਤ, ਆਪਣੇ ਹੱਕਾਂ ਲਈ ਲੜਨਾ ਆਪਣੀ ਵਿਰਾਸਤ, ਆਪਾਂ ਲੜਨਾ ਹੋਰਾਂ ਨੂੰ ਵੀ ਸਿਖਾ ਰਹੇ ਹਾਂ। ਆਪਾਂ ਇੱਥੇ ਸਾਈਡ ਤੇ ਹਿੱਟਲਾ ਪਾਉਣ ਦੀ ਸਾਈਡ ਤੇ ਹਿੱਟਲਾ ਵਧੀਆ ਰਹੇਗਾ ਗੱਡੀ ਵੀਰੇ। ਠੀਕ ਠਾਕ ਹੋ? ਠੀਕ ਹੋ ਵੀਰੇ? ਕਿਵੇਂ ਬਾਪੂ ਬੈਠੇ ਨੇ ਟਰਾਲੀਆਂ ਦੇ ਵਿੱਚ? ਦੇਖ ਇਹ ਜਿਹੜੀ ਆਪਣੀ ਵਿਰਾਸਤ ਆ ਨਾ, ਇਹ ਪੂਰੀ ਦੁਨੀਆਂ ਦੇ ਵਿੱਚ ਇਹ ਵਿਰਾਸਤ ਨਹੀਂ ਹੈਗੀ, ਗੁਰੂ ਮਹਾਰਾਜ ਦੀ ਕਿਰਪਾ ਐਸੀ ਹੈ, ਤੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਇਹ ਆਪਣੀ ਕੌਮ ਦੇ ਹਿੱਸੇ ਇਹ ਸਾਰਾ ਕੁਛ ਆਇਆ। ਇਸ ਕਰਕੇ ਕਹਿਣਾ ਹੁੰਦਾ ਵੀ ਆਪਾਂ ਇਸ ਵਿਰਾਸਤ ਨੂੰ ਬਚਾ ਲਈਏ, ਇਹ ਜਿਹੜੀ ਵਿਰਾਸਤ ਆ ਬੜੀ ਅਮੀਰ ਵਿਰਾਸਤ ਆ, ਇਹ ਹੋਰ ਕਿਸੇ ਤੁਹਾਨੂੰ ਕਿਤੇ ਨਹੀਂ ਮਿਲਣੀ, ਪੂਰੀ ਦੁਨੀਆਂ ਦੇ ਵਿੱਚ ਇਹ ਨਹੀਂ ਮਿਲਣੀ। ਦੇਖ ਸਾਡੇ ਬਾਪੂ ਕਿਵੇਂ ਖੜੇ ਨੇ, ਜਿੰਦਾਬਾਦ ਰਹੇ ਤੁਸੀਂ ਹੋਏ ਜੋ ਕਰ ਲੋ ਬਾਈ ਕਰ ਲੋ।